बूटे चलो जी हुण असीं समान वगैरह सारा कुछ रखता रूम च चलो तरीका इतने मिट्टी चकन का अपने ट्रालिया चकते इतने डट्टू भर के इदा फिर उस तो बाद पिट्ठू ला के चक दिया इदा गट्टू भर लेंगे पहले फिर उस तो बाद चक दिया जी आप देखते हैं कोई नेड़े तेड़े लोकेशन इतने आप आए हैं जी तीजी बार हूँ हाय हाँ जी रवाज सिंह हाँ जी चलो और मैंने थले चढ़ता बाज ने लास्ट टाइम फर्स्ट टाइम असीं रुके सी उहदे च इह च हुण रुके आ ते लास्ट टाइम रुके सी इह इहदे च ਉਹ ਟ੍ਰੀ ਹਾਊਸ ਆ ਜਿਹੜਾ ਪਹਿਲੀ ਵਾਰ ਉਹਦੇ 'ਚ ਰੁਕੇ ਸੀ ਹੁਣ ਵੀ ਉਹਦੇ 'ਚ ਰੁਕੇ ਹਾਂ ਕਿਉਂਕਿ ਇਹ ਆਲਰੇਡੀ ਬੁੱਕ ਆ ਕੱਲ੍ਹ ਜਾਂ ਸ਼ਾਇਦ ਕੱਲ੍ਹ ਵੀ ਬੁੱਕ ਆ ਇਹ ਪਰਸੋਂ ਤੱਕ ਫ੍ਰੀ ਹੋਊਗਾ ਬਟ ਉਦੋਂ ਨੂੰ ਆਪਾਂ ਫਰਰ ਹੋ ਜਾਣਾ ਬਾਕੀ ਦੇਖੋ ਪਤਾ ਨਹੀਂ ਟਾਈਮ ਦਾ ਨਹੀਂ ਲੱਗਦਾ ਗੱਡੀ ਤੋਰਾਂਗੇ ਲੋਕ ਖੁੱਲੂਗਾ ਤਾਂ ਜੀ ਆ ਜਾ ਇਹਨੇ ਕੁਐਸਚਨ ਤੇ ਕਰੀ ਜਾਣੇ ਨੇ ਚਲ ਆ ਜਾ ਇੱਧਰ ਆ ਜਾ ਮੈਂ ਤੈਨੂੰ ਤੇਰੀ ਸੱਟੀ ਹੋਈ ਆ ਇਹ ਜਿਹੜੀ ਖਰਾਬ ਕੀਤੀ ਆ ਉਹ ਆਣਾ ਬਾਜ ਦੇ ਪੰਗੇ ਆ ਚਾਬੀ ਇੱਥੋਂ ਅੱਛਾ ਦਿਖਦੀ ਆ ਇੱਥੋਂ ਤੜਕੀ ਹੋਈ ਆ ਪਤਾ ਨਹੀਂ ਘਰੇ ਕਿੱਦੇ ਉਹਦੇ ਮੈਂ ਤਾਂ ਘਰੇ ਨਹੀਂ ਸੀਗਾ ਪਤਾ ਨਹੀਂ ਗੁੱਸੇ 'ਚ ਆ ਕੇ ਕੀ ਕੀਤਾ ਕੀ ਨਹੀਂ ਚਾਬੀ ਮਾਰੀ ਚੱਕ ਕੇ ਚਾਬੀ ਤੋੜਦੀ ਹੁਣ ਇੱਥੋਂ ਨਾ ਲੋਕ ਖੋਲਦਾ ਨਾ ਲੱਗਦਾ ਸਵੇਰ ਦੇ 4 ਵਾਰੀ ਚਾਬੀ ਖੋਲ ਚੁੱਕੇ ਆ ਜੇ ਡਾਇਰੈਕਟ ਉਦਾਂ ਖੋਲਦੇ ਆ ਫਿਰ ਉਹ ਸਾਇਰਨ ਮਾਰਦੀ ਆ ਸੈੱਲ ਕੱਢ ਹੀ ਦੇਣਾ ਯਾਰ ਉਦੋਂ ਇਹ ਤਾਂ ਪਹਿਲਾਂ ਹੀ ਇੱਕ ਐਡਾ ਛੋਟਾ ਜਿੱਡਾ ਕਿਤੇ ਪੇਚਕਸ ਲੱਗਦਾ ਇਹ ਪੇਚਕਸ ਹੈ ਨਹੀਂ ਨੇਲ ਕੱਟਣ ਦਾ ਕੰਮ ਸਾਰਨਾ ਪੈਂਦਾ ਇਹਨਾਂ ਵਿੱਚੋਂ ਲੋਕ ਜਿਹਾ ਇੱਕ ਉਹ ਟੁੱਟ ਗਿਆ ਸੈੱਲ ਦੇ ਉੱਤੇ ਜਿਹੜੀ ਇੱਕ ਪੱਤੀ ਲੱਗਦੀ ਆ ਪਲੱਸ ਮਾਈਨਸ ਵਾਲੀ ਹੁੰਦੀ ਆ ਉਹ ਪਲੱਸ ਵਾਲੀ ਪੱਤੀ ਲੂਜ਼ ਹੋ ਜਾਂਦੀ ਆ ਆ ਚੀਜ਼ ਦੇ ਲੋਕ ਟੁੱਟ ਗਏ ਅਤੇ ਇਹਦੇ 'ਚ ਦਿਖਦਾ ਹੋਊਗਾ ਆਹ ਪੱਤੀ ਆ ਵਿੱਚ ਇਹ ਜਿਹੜੀ ਲੱਗੀ ਹੁੰਦੀ ਸੈੱਲ ਦੇ ਉੱਤੇ ਇਹ ਲੂਜ਼ ਹੋ ਗਈ ਉਹ ਵੀ ਹੁਣ ਮੈਂ ਸੈੱਲ ਕੱਢ ਕੇ ਚਾਬੀ ਨਾਲ ਉੱਦਾਂ ਇਹਦਾ ਦੇਖਣ ਲੱਗਿਆ ਲੋਕ ਖੋਲ੍ਹ ਕੇ ਜੇ ਖੁੱਲ੍ਹ ਜੇ ਤਾਂ ਉੱਦਾਂ ਹੀ ਚਾਬੀ ਨਾਲ ਖੋਲ੍ਹ ਕੇ ਦੇਖ ਲਈਏ ਇਹ ਨਾ ਹੋਵੇ ਸਾਇਰਨ ਮਾਰਨ ਲੱਗ ਜੇ ਫਿਰ ਉਹ ਯਾਰ ਬੰਦੇ ਨੇ ਬਾੜੀ ਵੀ ਨਾਲ ਲੱਤੀ ਗੱਡੀ ਖੁੱਲ ਗਈ ਹੁਣ ਇਹਨੇ ਹਟਣਾ ਨਹੀਂ
ਲਈ ਪੰਗਾ ਸੈੱਲ ਕੱਢਿਆ ਪਰ ਉਹ ਤੋਂ ਬਿਨਾਂ ਖੁੱਲਦੀ ਨਹੀਂ ਨਹੀਂ ਹੁਣ ਜੇ ਪਾ ਕੇ ਫਿਰ ਉਹਦੇ ਵੀ ਹਟੀ ਨਹੀਂ ਕਿੰਨਾ ਚਿਰ ਵੀਰੇ ਨੇ ਵੀ ਪਤਾ ਨਹੀਂ थले थले नू जा रही है। एक मिनट रुक जाओ बीजी आहा ये तो चाचा जी थले पाड़ी पाड़ी दे विच वर्कशॉप खोलनी लगी है ना भाई थले ये जा रही है यार ये तो हॉर्न होर नाल ही ना होवे नहीं ओ थोनू दस रिया वा ओदा दूजा सेंटर लॉकिंग वाला स्पीकर जेड़ा लग्या होया हां ये तो लगा दो बाहर खड़ी कितने होऊंगा ਇੱਥੇ ਕੋਈ ਹੋਰ ਨਹੀਂ ਖੜੀ ਸਵਿਫਟ ਸੈਂਟਰ ਲੌਕਿੰਗ ਵਾਲਾ ਜਿਹੜਾ ਲੱਗਿਆ ਹੋਇਆ ਸਪੀਕਰ ਜਿਹੜਾ ਸਾਊਂਡ ਦੇ ਰਿਹਾ ਵਾ ਨਹੀਂ ਨਹੀਂ ਉਹ ਨਹੀਂ ਦਿਖਦਾ ਉਹ ਨਹੀਂ ਦਿਖਦਾ ਦਿਸ ਨਹੀਂ ਰਿਹਾ ਇੱਕ ਮਿੰਟ ਰੁਕ ਜਾ ਦੇ ਤੈਨੂੰ ਮੈਂ ਲਗਾਉਣਾ ਇੱਕ ਮਿੰਟ ਯਾਰ ਉਹ ਆ ਲੱਗਿਆ ਹੈਗਾ 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 ਇੱਧਰ ਲੱਗਿਆ ਹੋਇਆ ਦੂਜੀ ਸਾਈਡ ਆ ਉਹ ਦੂਜੀ ਸਾਈਡ ਆ ਦੇਖੋ ਉਹਦਾ ਕੈਪਲਰ ਲੱਗਿਆ ਹੋਊਗਾ ਕੈਪਲਰ ਇੱਕ ਮਿੰਟ ਦਿਖਾਉਣਾ ਆ ਦੇ ਪਿਆ ਹੀ ਆ ਕੀ ਕਰ ਲੋ ਹਾਂ ਹਾਂ ਇਹੀ ਆਹੀ ਆਹੀ ਓਕੇ 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 ਹਾਂ 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 ਆ ਆ ਦੇ ਆ ਚੀਜ਼ ਹੈ ਨਾ ਇਹਦੇ ਇਹਦਾ ਕੈਪਲਰ ਦੇਖੋ ਲੱਗਿਆ ਉਹ ਨਾਲ ਹੀ ਕੈਪਲਰ ਲੱਗਿਆ ਆ ਅੱਛਾ ਜਿਹੜਾ ਲੋਕ ਜਾਂ ਹੁੰਦਾ ਉਹ ਹਾਂ ਛੋਟਾ ਜਿਹਾ ਕੈਪਲਰ ਨਾਲ ਹੀ ਉਹਦੇ ਥੱਲੇ ਲੱਗਿਆ ਹੋਇਆ ਵਾ ਬਿਲਕੁਲ ਉਹਦੇ ਥੱਲੇ ਆ ਦੇਖੋ ਇੱਕ ਮਿੰਟ ਇੱਕ ਮਿੰਟ अच्छा वो वाइट जा हैगा हां हैगा उनू बाहर काट दो बस हां हां वाइट जा ठीक है हैगा ए ने काट दो बाहर कर दो बाहर कर दिया वाहो आ दे हुण मैं खोल के आए फड़ी हुई है चाबी पेट लोटे हां वो निकल गया उसको है ना निकल गया दे नहीं नहीं ये तो हुण खोल के क्यों किया है नाल नाल ही लॉक लगया छोटा जा लॉक आ रे हैगा वाइट जा हां उनू नप के काट दे बाहर बस ਵਾਥ ਨਹੀਂ ਪੈਂਦਾ ਉੱਤੇ ਬਾਹਰ ਨਹੀਂ ਹੁੰਦੀ ਨਹੀਂ ਸੇਮ ਆ ਦੀ ਚੀਜ਼ ਆ ਪਰ ਉਹਦੇ ਨਾਲ ਜੀ ਉੱਤੇ ਲੌਕ ਹੁੰਦਾ ਉਹਦੇ ਰੈੱਡ ਜਿਹਾ ਲੌਕ ਆ ਉੱਤੇ ਹਾਂ ਉਹਨੂੰ ਮਾੜਾ ਸਾਈਡ ਤੇ ਕਰਕੇ ਉਹਨੂੰ ਨੱਪ ਕੇ ਬਾਹਰ ਕੱਢ ਲਓ ਉਹ ਨੱਪਣਾ ਪੈਣਾ ਸਲਾਈ ਚਾਬੀ ਨੂੰ ਫੜ ਕੇ ਰੱਖ ਤੋਂ ਹਾਂਜੀ ਚਾਬੀ ਇਹ ਤੋਂ ਕੱਢ ਲਾਂਗੇ ਚੱਕਰਾਂ 'ਚ ਪੈ ਗਏ ਹੋਰ ਯਾਰ ਹਾਂ ਚੱਲ ਤੇ ਇਹਦੇ ਨਾਲ ਨੱਪਰ ਠੀਕ ਆ ਇਹਨਾਂ ਨਿਕਲ ਪਣਾ ਇੱਕ ਜਗ੍ਹਾ ਇੱਕ ਸੁੱਤੀ ਤੇ ਲਾਇਆ ਹੋਇਆ ਹੈ ਨਾ ਤਾਰਾਂ ਹੀ ਪੜ ਦੇਣਾ ਯਾਰ ਤਾਰ ਹੀ ਖਿੱਚ ਦੇਣਾ ਨੂੰ ਇਹ ਕਿਹੜਾ ਪੈਣਾ ਹੋਰ ਲਾਉਣਾ ਬਾਅਦ ਤਾਰਾਂ ਦੋਨੇ ਵੱਡਦੇ ਫਿਰ ਟੇਪ ਲੱਗ ਜੂ ਬਾਅਦ ਕੋਈ ਗੱਲ ਨਹੀਂ ਕੋਲੋਂ ਨਾ ਥੋੜੀ ਦੂਰ ਕਰਕੇ ਵੱਡੇ ਹੋ ਜੇ ਵੱਡਣੀ ਆ ਤਾਂ ਇਹਦੀ ਨੇਲ ਕਟਰ ਨਾ ਕਰ ਦੋ ਹਾਂ ਬੜਾ ਚਲੋ ਹੈ ਇੱਕ ਸੁੱਤੀ ਹੀ ਹੈਗਾ ਨਾ ਉੱਤੇ ਹੱਥ ਪਾ सारे एक ही लगे होटर जहा एक मिनट जिम्मे स्पीकर टाइप जहा ਇਧਰ ਵੀ ਨਹੀਂ ਪੈਂਦਾ ਨਹੀਂ ਨਹੀਂ
ਉੱਤੇ ਲੱਗੀ ਹੋਈ ਆ ਤੇ ਹੱਥ ਬਸ ਜੋ ਨਿਕਲਣਾ ਨਹੀਂ ਸੀ ਨੰਬਰ ਉਹ ਠੀਕ ਆ ਆਪਾਂ ਫੱਟੀ ਖੋਲੀ ਹੋਈ ਆ ਪਤਾ ਹੀ निका जे लगा ओदे नाल ही आए कर दी मारन चक ओहो तेन व्यू दिखाइए कहने चलो तुम थोड़ा बहुत घूम फिर के थोड़ा गेड़ा कढ़िया उधर दी हुण असीं आ गए ट्री हाउस इधर पिछे तुसीं देख सकते हो यह ट्री हाउस च रुके सीगे लास्ट टाइम जो तुसीं वीडियो देखी होनी जी स्नोफॉल हुंदी सी उदो इतने रुके से आने ऑलरेडी बुका पहला हूँ असं उपर रुके उधर अज टाइम ना ही इतने आ गए सी हूँ वधिया उधर घूम फिर के सारे हूँ कुछ थोड़ा जहा खाने पीने थोड़े बहुत शॉट लें वधिया सोहने जी नेचर दे बहुत शांति इतने बड़ा घंट माहौल एन शांति पूरी आप बच्चे कटिंग कर रहे हो बस वह करके थोड़ी जी मोटर जी चलती नहीं तो कोई भी आवाज़ नहीं आती कोई भी आवाज़ नहीं पानी की आवाज़ आती है तो चिड़िया की बस चिड़िया की है ना बाजी इतने आज सितंबर एंड अक्टूबर च इत्थे फुल बहुत ज्यादा होंगे हजे पर थोड़े जे घट आ पर होणगे होर हजे भी वधिया ने मैं दिखाउणा तुहानू इत्थे किन्ने तरह दे ओह ने अलग अलग जिहड़े फुल ने थोड़े शॉट च दिखाउणा तुहानू ਕਾਫੀ ਛੱਕ ਕੇ ਮੈਗੀ ਸ਼ੈਗੀ ਖਾ ਕੇ ਸੋਹਣੇ ਸੋਹਣੇ ਬੂਟਿਆਂ ਦੇ ਸ਼ੋਟ ਲੈ ਕੇ ਜਿਵੇਂ ਤੁਸੀਂ ਦੇਖਿਆ ਹੁਣ ਆਪਾਂ ਚੱਲੇ ਹਾਂ ਆਪਣੇ ਰੂਮ 'ਚ ਮੌਸਮ ਬਹੁਤ ਘੈਂਟ ਆ ਹਾਂਜੀ ਹਰਵਾਸ ਸਿੰਘ ਉੱਚਾ ਫਿਰਦਾ ਉੱਤੇ ਹਾਂਜੀ ਅੱਛਾ ਜੀ ਕਿੱਥੋਂ ਖਿੱਚਣੀਆਂ ਉੱਥੇ ਨਹੀਂ ਉੱਪਰ ਖਿੱਚਦੇ ਆਪਾਂ ਤਾਂ ਤਾਂ ਸੋਹਣੀ ਬਹੁਤ ਸੋਹਣੀ ਆਉਂਦੀ ਉੱਧਰ ਹਾਂਜੀ ਉੱਧਰ ਡੈਡੀ ਆਪਾਂ ਗੇੜਾ ਕੱਢੇ ਹੁੰਦੇ ਆ ਗੇੜਾ ਤਾਂ ਬਹੁਤ ਕੱਢ ਕੇ ਆਏ ਹੁਣ ਬਾਲ ਵੱਡਾ ਆਖ ਲੱਗੇ ਚਲੋ ਆ ਜਾਓ ਉੱਪਰ ਮੈਂ ਡੈਡੀ ਮੈਂ ਕਨਾ ਲਾਉਂ
चलो बस होर तो हम शाम के व्यू का इतों नज़ारा लेने बहर बैठ के ठंड इतने ज्यादा आ जिबी ठंड घट सी इतने महसूस हो रही है ज्यादा ठंड गर्म कपड़े लिया हम कम आने अज वो तेरा कैमरा चलो ठीक है थोड़ा बहुत इंजॉय करिए बहर माहौल फिर मिलते हैं। We'll be right back.